हेलो। हाँ जी, सत श्री अकाल जी सारिया नू। होर किवें हो जी? सारे ठीक ठाक? वधिया। तो अज आपने गल करनी जी बोनस रैडी तो दी अमरजेंसा 1600 एरो। ये थोनू 2 महीने का ही 1600 एरो मिलना है। यह बोनस 2 महीने लियो वा। तो थोड़े जे मैंबर घर के एक बंदे जा एक तो ज़्यादा है तो थोनू मिलना है 800 एरो। जे एक जाना है तो थोनू मिलना है 400 एरो। ਉਹੀ ਜੇ ਤੁਸੀਂ ਇੱਕ ਜਣੇ ਆਈ ਘਰ 'ਚ ਇੱਕ ਮੈਂਬਰ ਆ ਤਾਂ ਤੁਹਾਨੂੰ 2 ਮਹੀਨੇ ਦਾ 800 ਮਿਲੂਗਾ ਵੀ 1 ਮਹੀਨੇ ਦਾ 400 ਅਤੇ ਉਹ ਤੋਂ ਬਾਅਦ ਅਗਲੇ 2 ਮਹੀਨਿਆਂ ਦਾ 800। ਜੇ ਤੁਸੀਂ ਇੱਕ ਮੈਂਬਰ ਤੋਂ ਜ਼ਿਆਦਾ ਹੈ ਵੀ ਪਰਿਵਾਰ 'ਚ 2 ਜਾਂ 3 ਮੈਂਬਰ ਆ ਜਾਂ 4 ਮੈਂਬਰ ਆ ਤਾਂ ਤੁਹਾਨੂੰ 1600 ਐਰੋ ਥਾਈ ਲਿਮਿਟ ਹੈ ਜੀ। 1600 ਐਰੋ ਮਿਲ ਸਕਦਾ ਫਿਰ 2 ਮਹੀਨੇ ਦਾ, ਫਿਰ ਤੁਹਾਨੂੰ 1600 ਐਰੋ ਮਿਲਣਾ। ਇਹਦੇ ਵਿੱਚ ਹੁਣ ਕਿਆ ਰਿਕੁਆਇਰਮੈਂਟ ਆ? ਇਹਦੇ ਵਿੱਚ ਜਿਹੜਾ ਈਜ਼ੇ ਆ, ਈਜ਼ੇ ਤੁਹਾਨੂੰ ਪਤਾ ਹੀ ਆ, ਈਜ਼ੇ ਜਿੰਨੇ ਵੀ ਦਮਾਂਦੇ ਹੁੰਦੇ ਆ ਇਹ ਸਾਰਿਆਂ 'ਚ ਈਜ਼ੇ ਚਾਹੀਦਾ ਹੀ ਆ। ਇਹਦੇ 'ਚ ਤੁਹਾਡਾ ਈਜ਼ੇ 15,000 ਹੋਣਾ ਚਾਹੀਦਾ ਜਾਂ 15,000 ਤੋਂ ਘੱਟ, ਜਾਂ ਫਿਰ ਜੇ ਤੁਹਾਡਾ ਪੂਰਾ 15,000 ਆ ਤਾਂ ਉਹ ਵੀ ਚੱਲ ਜੂਗਾ, ਅਤੇ 15,000 ਤੋਂ ਵੱਧ ਨਹੀਂ ਹੋਣਾ ਚਾਹੀਦਾ ਤੁਹਾਡਾ ਈਜ਼ੇ। ਅਤੇ ਇਹਦੇ ਵਿੱਚ ਤੁਹਾਡਾ ਬੈਂਕ ਬੈਲੈਂਸ ਵੀ ਦੇਖਣਾ। ਤੁਹਾਡਾ ਬੈਂਕ ਬੈਲੈਂਸ ਇਹਨਾਂ ਨੇ ਇੱਦਾਂ ਅਕੋਰਡਿੰਗ ਦੇ ਹਿਸਾਬ ਨਾਲ ਦੇਖਣਾ ਵੀ ਤੁਹਾਡੇ ਜੇ ਤੁਸੀਂ 3 ਜਣੇ ਆ ਤਾਂ 3 ਜਣਿਆਂ ਦਾ 15,000 ਚਾਹੀਦਾ, ਜੇ ਤੁਸੀਂ 4 ਜਣੇ ਤਾਂ 20,000। ਵੀ ਪਰ ਬੰਦੇ ਦੇ ਹਿਸਾਬ ਨਾਲ, ਜੇ ਇੱਕ ਬੰਦੇ ਦਾ 5,000 ਦੇ ਅਕੋਰਡਿੰਗ ਦੇ ਹਿਸਾਬ ਨਾਲ ਚੱਲਣਾ ਆਪਾਂ ਨੇ। ਵੀ ਐਂ ਨਹੀਂ ਹੈਗਾ ਵੀ ਜੇ ਤੁਸੀਂ 3 ਜਣੇ ਆ ਤਾਂ ਤੁਹਾਡਾ ਬੈਂਕ ਬੈਲੈਂਸ 18,000 ਆ ਤਾਂ ਤੁਸੀਂ ਵੱਧ ਹੋ ਜਾਣਾ ਜੀ ਤੁਹਾਡਾ 18,000, ਫਿਰ ਤੁਸੀਂ ਕਰ ਨਹੀਂ ਸਕਦੇ ਇਹ ਦਮੰਦਾ। ਅਤੇ ਇਹਦੇ ਵਿੱਚ 10 ਸਾਲ ਦੇ ਰੈਜੀਡੈਂਸੀ ਦੀ ਵੀ ਨਹੀਂ ਲੋੜ ਹੈਗੀ, ਵੀ ਕੋਈ ਲਿਮਿਟ ਨਹੀਂ ਹੈ ਇਹਨਾਂ ਨੇ ਰੱਖੀ ਹੈਗੀ ਵੀ ਰੈਜੀਡੈਂਸ ਆ ਤੁਹਾਡਾ ਇੰਨੇ ਟਾਈਮ ਦਾ ਚਾਹੀਦਾ, 10 ਸਾਲ ਦਾ ਹੋਣਾ ਚਾਹੀਦਾ, ਕੋਈ ਇੱਦਾਂ ਦੀ ਲਿਮਿਟ ਨਹੀਂ ਹੈਗੀ। ਇਹਦੇ 'ਚ ਈਜ਼ੀ ਆ ਹਜੇ। ਅਤੇ ਬੈਂਕ ਬੈਲੈਂਸ ਆ ਇਹਦੇ 'ਚ ਜਿਹੜੀ ਰਿਕੁਆਇਰਮੈਂਟ ਇਹਨਾਂ ਨੇ ਹੁਣ ਦੱਸੀ ਆ। ਅਤੇ ਤੁਹਾਡੇ ਪਾ ਏਮਸ ਦਾ ਪਿੰਨ ਵੀ ਹੋਣਾ ਚਾਹੀਦਾ, ਜਦੋਂ ਤੁਸੀਂ ਇਹ ਦਮਾਂਦਾ ਅਪਲਾਈ ਕਰਨਾ ਹੈ ਤਾਂ ਤੁਹਾਡੇ ਪਾ ਏਮਸ ਦਾ ਪਿੰਨ ਹੋਣਾ ਚਾਹੀਦਾ। ਜਿਹੜੇ ਵੀਰਾਂ ਪਾ ਹੁਣ ਪਿੰਨ ਹੈਗਾ ਉਹ ਤਾਂ ਠੀਕ ਆ, ਜਿਨ੍ਹਾਂ ਪਾ ਏਮਸ ਦਾ ਪਿੰਨ ਨਹੀਂ ਹੈਗਾ ਆਪਾਂ ਨੇ ਉਹਦੇ ਹਿਸਾਬ ਨਾਲ ਪਿੱਛੇ ਵੀਡੀਓ ਪਾਈ ਹੋਈ ਆ ਵੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਆ ਏਮਸ ਦਾ ਪਿੰਨ, ਤੁਸੀਂ ਉਹ ਵੀਡੀਓ ਦੇਖ ਕੇ ਖੁਦ ਅਪਲਾਈ ਕਰ ਸਕਦੇ ਆ। ਬਹੁਤ ਈਜ਼ੀ ਆਸਾਨ ਹੋ ਜਾਣਾ ਉਹਨੇ ਅਪਲਾਈ, ਕੋਈ ਜ਼ਿਆਦਾ ਇੰਨੇ ਸਟੈਪ ਨਹੀਂ ਹੈਗੇ, ਉਹ ਸਟੈਪ ਬਾਈ ਸਟੈਪ ਤੁਸੀਂ ਅਪਲਾਈ ਕਰ ਸਕਦੇ ਆ ਪਿਛਲੀ ਵੀਡੀਓ ਦੇਖ ਕੇ ਵੀ ਕਿੱਦਾਂ ਅਪਲਾਈ ਕਰਨਾ ਏਮਸ ਦਾ ਪਿੰਨ। ਅਤੇ ਜਿਹੜੀ ਇਹਦੀ ਲਾਸਟ ਡੇਟ ਆਈ ਇਹਦੀ ਦਮਾਂਦੇ ਦੀ ਅਪਲਾਈ ਵੀ ਤੁਸੀਂ ਕਦੋਂ ਥਾਈ ਕਰ ਸਕਦੇ ਆ, ਇਹਦੀ ਇਹਦੀ ਲਾਸਟ ਡੇਟ ਹੈਗੀ ਆ 30 ਜੂਨ, ਪਰ ਇਹਦੀ ਅਪਲਾਈ ਡੇਟ ਕੁਛ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਉਹੀ ਅਪਡੇਟ ਆਊਗੀ ਇਹਦੀ, ਤੁਹਾਨੂੰ ਕਨਫਰਮ ਕਰਾਂਗੇ। ਹਜੇ ਆਈ ਨਹੀਂ ਹੈਗੀ, ਇਹ ਹਫਤੇ ਦੇ ਵਿੱਚ ਵਿੱਚ ਜਾਂ ਅਗਲੇ ਹਫਤੇ 'ਚ ਇਹਦੀ ਆ ਜਾਣੀ ਆਪਾਂ ਨੇ, ਪਰ ਡੇਟ ਵੀ ਕਦੋਂ ਤੇ ਅਪਲਾਈ ਕਰਨਾ ਆਪਾਂ ਨੇ ਸ਼ੁਰੂ ਹੋ ਜਾਣਾ। ਇਹਦਾ ਜਿਹੜਾ ਮੋਡਲ ਉਹ ਹਜੇ ਏਮਸ ਵਾਲਿਆਂ ਨੇ ਤਿਆਰ ਨਹੀਂ ਕੀਤਾ, ਉਹ ਕੁਛ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਤਿਆਰ ਕਰ ਦੇਣਾ, ਫਿਰ ਇਹ ਏਮਸ 'ਚ ਕਰਨਾ ਆਪਾਂ ਨੇ ਇਹ ਦਮਾਂਦਾ। ਤੁਸੀਂ ਔਨਲਾਈਨ ਵੀ ਕਰ ਸਕਦੇ ਹਾਂ ਅਤੇ ਇਹਨੂੰ ਕਾਫ ਵਾਲਿਆਂ ਦੇ ਵੀ ਕਰ ਸਕਦੇ ਹਾਂ ਜਾ ਕੇ। ਚਲੋ ਜੇ ਹੁਣ ਤੁਹਾਡੇ ਪਹਿਲੇ ਵਿੱਚ ਹਜੇ ਟਾਈਮ ਹੈਗਾ ਕਿ ਅਪਲਾਈ ਡੇਟ ਕੁਛ ਆਉਣ ਵਾਲੇ ਦਿਨਾਂ ਥਾਈ ਜਾਣੂ ਆਉਣੀ ਆ, ਤੁਸੀਂ ਆਪਣਾ ਉਨੇ ਨੂੰ ਈਜ਼ੇ ਬਣਾ ਲਓ। ਈਜ਼ੇ ਹੁਣ ਤੁਸੀਂ ਕਾਫਲਾਂ 'ਤੇ ਵੀ ਬਣਾ ਸਕਦੇ ਹੋ, ਉਹਨਾਂ ਦੇ ਪੁੰਤਾਂ ਮੈਂ ਤੋਂ ਲੈ ਕੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਵੀ ਹੁਣ ਤਾਂ ਆਫਿਸ ਖੁੱਲ੍ਹਣ ਵੀ ਲੱਗ ਗਏ ਅਤੇ ਈਜ਼ੇ ਆਪਣਾ ਇੰਨੇ ਈਜ਼ੇ ਬਣਾ ਲਓ। ਅਤੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਵੀ ਇਹ ਦਮਾਂਦਾ ਵੀ ਕੌਣ ਕੌਣ ਨਹੀਂ ਕਰ ਸਕਦਾ। ਇਹ ਦਮਾਂਦਾ ਜਿਹੜੇ ਰਹਿਦੀ ਤੋਂ ਉਹਦੀ ਚਿਤਾ ਦੀ ਨਾਨ ਸਾਲਾ ਜਿਹਨਾਂ ਨੇ ਦਮਾਂਦਾ ਕੀਤਾ ਹੋਇਆ ਉਹ ਨਹੀਂ ਕਰ ਸਕਦਾ। ਅਤੇ ਜਿਹਨੇ 600 ਐਰੋ ਹੁਣ ਏਮਸ ਦੇ ਪਿਛਲੇ ਮਹੀਨੇ ਮਾਰਚ ਅਤੇ ਅਪ੍ਰੈਲ ਮਹੀਨੇ 'ਚ ਜਿਹਨੇ 600 ਐਰੋ ਲਿੱਤਾ ਤਾਂ ਉਹ ਵੀ ਨਹੀਂ ਅਪਲਾਈ ਕਰ ਸਕਦਾ। ਅਤੇ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਿਵੇਂ ਹੁਣ ਪੈਨਸ਼ਨ ਲੱਗੀ ਹੋਈ ਹੈ ਤਾਂ ਉਹ ਵੀ ਨਹੀਂ ਅਪਲਾਈ ਕਰ ਸਕਦਾ ਇਹਨੂੰ। ਅਤੇ ਹਾਂ, ਜਿਹੜੇ ਅੰਗਹੀਣ ਜਾਂ ਵੀ ਹੈਂਡੀਕੈਪ ਆ, ਜਿਵੇਂ ਹੈਂਡੀਕੈਪ ਆ ਤਾਂ ਉਹ ਇਹਨੂੰ ਅਪਲਾਈ ਕਰ ਸਕਦੇ ਆ ਬੋਨਸ ਨੂੰ। ਅਤੇ ਇੰਨੀ ਕੁ ਦੀ ਇਨਫੋਰਮੇਸ਼ਨ ਦੀ, ਜਦੋਂ ਇਹਦੀ ਹੁਣ ਅਪਲਾਈ ਡੇਟ ਆਊਗੀ ਤਾਂ ਤੁਹਾਨੂੰ ਆਪਾਂ ਕਨਫਰਮ ਕਰਾਂਗੇ। ਅਤੇ ਠੀਕ ਆ ਜੀ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।